ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰਾ ਨਾਮ ਗਗਨਦੀਪ ਤੇ ਵੀਜ਼ਾ ਆਫਿਸ ਤੋਂ ਇੱਕ ਵਾਰ ਫਿਰ ਹਾਜ਼ਰ ਹੋਏ ਇਸ ਚੈਨਲ ਦੇ ਥਰੂ ਯੂਕੇ ਦੇ ਅਪਡੇਟਸ ਨੂੰ ਲੈ ਕੇ। ਸੋ ਅਪਡੇਟਸ ਦੇ ਰਿਗਾਰਡਿੰਗ ਗੱਲ ਕਰਨ ਤੋਂ ਪਹਿਲਾਂ ਮੈਂ ਚਾਹਾਂਗਾ ਜਿਹੜੇ ਵੀ ਵੀਵਰਸ ਇਸ ਚੈਨਲ ਤੇ ਜੁੜ ਚੁੱਕੇ ਨੇ ਜਾਂ ਜੁੜ ਰਹੇ ਨੇ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ, ਤਾਂ ਕਿ ਉਹਨਾਂ ਤੋਂ ਕੋਈ ਵੀ ਯੂਕੇ ਸਟੱਡੀ ਵੀਜ਼ਾ ਤੋਂ ਰਿਲੇਟਡ ਮੇਜਰ ਅਪਡੇਟ ਮਿਸ ਨਾ ਹੋ ਸਕੇ। ਸੋ ਅੱਜ ਆਪਾਂ ਗੱਲ ਕਰ ਰਹੇ ਯੂਕੇ ਦੇ ਸਪੈਸੀਫਿਕਲੀ ਜਨਵਰੀ ਇਨਟੇਕ ਨੂੰ ਲੈ ਕੇ। ਜਿੱਦਾਂ ਤੁਸੀਂ ਸਾਰੇ ਜਾਣਦੇ ਹੋ ਕਿ ਸਪਟੈਂਬਰ ਇਨਟੇਕ ਆਲਰੇਡੀ ਕਲੋਜ਼ ਹੋ ਚੁੱਕਿਆ ਹੈ, ਕਾਸਟ ਲੈਟਰਸ ਕਈ ਬੱਚਿਆਂ ਦੀ ਪੈਂਡਿੰਗ ਸੀ ਹੁਣ ਉਹ ਵੀ ਆਉਣੀ ਸ਼ੁਰੂ ਹੋ ਚੁੱਕੀ ਹੈ, ਤਾਂ ਹੁਣ ਉਹ ਬੱਚੇ ਵੀ ਆਪਣੀ ਫਾਈਲਸ ਅੰਬੈਸੀਜ਼ ਲੌਂਚ ਕਰ ਰਹੇ ਨੇ। ਨਾਲ ਦੇ ਨਾਲ ਲੋਕਾਂ ਨੇ ਜਿਹੜਾ ਇਹ ਜਨਵਰੀ ਇਨਟੇਕ ਦੇ ਵੱਲ ਵੀ ਅਪਰੋਚ ਕਰ ਲਿਆ, ਜਿਹੜੀ ਨਿਊ ਐਪਲੀਕੇਸ਼ਨਸ ਹੈਗੀਆਂ ਜਾਂ ਜਿਹੜੇ ਬੱਚਿਆਂ ਦਾ ਡੈਫਰ ਹੋ ਗਿਆ ਸੀ, ਯੂਨੀਵਰਸਿਟੀਜ਼ ਵੱਲੋਂ ਹੀ ਕਾਸਟ ਨਹੀਂ ਮਿਲੀ ਸੀ ਔਰ ਉਹਨਾਂ ਨੂੰ ਡੈਫਰ ਕਰ ਦਿੱਤਾ ਗਿਆ ਸੀ, ਅਤੇ ਉਹਦੇ ਕਰਕੇ ਰਸ਼ ਆਲਰੇਡੀ ਇੰਨਾ ਜ਼ਿਆਦਾ ਹੋ ਚੁੱਕਿਆ ਜਨਵਰੀ ਇਨਟੇਕ ਦਾ, ਅਤੇ ਉਹਦੇ ਵਿੱਚ ਕਈ ਯੂਨੀਵਰਸਿਟੀਜ਼ ਨੇ ਆਪਣਾ ਆਲਰੇਡੀ ਕਲੋਜ਼ਰਸ ਵੀ ਦੇ ਦਿੱਤੇ ਨੇ, ਯਾਨੀ ਕਿ ਉਹਨਾਂ ਨੇ ਐਡਮਿਸ਼ਨ ਕਲੋਜ਼ ਕਰਤਾ ਹੈ ਫੋਰ ਜਨਵਰੀ ਇਨਟੇਕ। ਸੋ ਖਾਸ ਤੌਰ 'ਤੇ ਇਹ ਵੀਡੀਓ ਉਹ ਬੱਚਿਆਂ ਵਾਸਤੇ ਜਿਹੜਾ ਯੂਕੇ ਨੂੰ ਅਪਰੋਚ ਕਰ ਰਹੇ ਨੇ ਫੋਰ ਜਨਵਰੀ ਇਨਟੇਕ, ਬਟ ਡਿਸੀਜਨ ਹਾਲੇ ਤੱਕ ਨਹੀਂ ਲਿੱਤਾ ਕਿ ਕਦੋਂ ਆਪਣੀ ਫਾਈਲ ਨੂੰ ਅਪਲਾਈ ਕਰਨ। ਸੋ ਜਿੰਨਾ ਤੁਸੀਂ ਲੇਟ ਕਰੋਗੇ ਉਨਾ ਹੀ ਤੁਹਾਡੇ ਵਾਸਤੇ ਪ੍ਰੋਬਲਮ ਅੱਗੇ ਕ੍ਰੀਏਟ ਹੋਏਗੀ, ਕਿਉਂਕਿ ਤੁਹਾਡਾ ਡੈਫਰਮੈਂਟ ਹੋ ਸਕਦਾ ਜਨਵਰੀ ਦੀ ਥਾਂ ਅਗਲੇ ਕਿਸੇ ਇਨਟੇਕ ਵਿੱਚ ਚਲਾ ਜਾਏ, ਤਾਂ ਅਗਲਾ ਇਨਟੇਕ ਫਿਰ ਔਰ ਕਾਫੀ ਅੱਗੇ ਦਾ ਪੈ ਜਾਂਦਾ। ਕਈ ਯੂਨੀਵਰਸਿਟੀਜ਼ ਦਾ ਮੇਅ ਦੇ ਵੀ ਹੁੰਦੇ ਨੇ, ਔਗਸਟ ਦਾ ਵੀ ਹੁੰਦਾ, ਨਹੀਂ ਤਾਂ ਸਪਟੈਂਬਰ ਜਿਹੜਾ ਫਿਰ ਉਹਨਾਂ ਦਾ ਮੇਜਰ ਇਨਟੇਕ ਬਣ ਜਾਂਦਾ ਹੈ। ਸੋ ਅੱਜ ਆਪਾਂ ਗੱਲ ਕਰ ਰਹੇ ਜਨਵਰੀ ਇਨਟੇਕ ਦਾ, ਇਹੀਓ ਟਾਈਮ ਹੈ ਅਗਰ ਤੁਸੀਂ ਆਪਣੀ ਐਪਲੀਕੇਸ਼ਨ ਸਪਟੈਂਬਰ ਮਿਡ ਜਾਂ ਲਾਸਟ ਆਫ ਸਪਟੈਂਬਰ ਮੰਥ ਦੇ ਐਂਡ ਤੱਕ ਆਪਣੀ ਐਪਲੀਕੇਸ਼ਨਸ ਕਰ ਲੈਂਦੇ ਹੋ ਫਾਈਨਲਾਈਜ਼, ਆਪਣੀ ਸੀਟ ਨੂੰ ਸਿਕਿਓਰ ਕਰ ਲੈਂਦੇ ਹੋ, ਆਪਣੇ ਐਡਮਿਸ਼ਨ ਨੂੰ ਸਿਕਿਓਰ ਕਰ ਲੈਂਦੇ ਹੋ, ਤੁਹਾਡੇ ਵਾਸਤੇ ਬਹੁਤ ਬੈਟਰ ਰਹੇਗਾ। ਕਿੱਥੇ ਅਗਰ ਇਹੀਓ ਚੀਜ਼ ਦਾ ਡਿਸੀਜਨ ਤੁਸੀਂ ਅਕਟੂਬਰ ਦੇ ਵਿੱਚ ਜਾ ਕੇ ਕਰਦੇ ਹੋ ਜਾਂ ਮਿਡ ਆਫ ਅਕਟੂਬਰ ਤੱਕ ਤੁਸੀਂ ਆਪਣੀ ਐਪਲੀਕੇਸ਼ਨ ਨੂੰ ਫਾਈਨਲਾਈਜ਼ ਕਰਾਉਂਦੇ ਹੋ ਫੋਰ ਯੋਰ ਐਡਮਿਸ਼ਨ ਫੋਰ ਟੂ ਗੈਟ ਦੀ ਆਫਰ ਲੈਟਰ, ਸੋ ਹੋ ਸਕਦਾ ਕਿੱਥੇ ਨਾ ਕਿੱਥੇ ਤੁਸੀਂ ਉਸ ਚੀਜ਼ ਵਿੱਚ ਡਿਲੇ ਵੀ ਪਾਓ ਔਰ ਤੁਹਾਨੂੰ ਜਨਵਰੀ ਦੀ ਥਾਂ ਉਹ ਨੈਕਸਟ ਇਨਟੇਕ ਵਾਸਤੇ ਤੁਹਾਨੂੰ ਅਪਰੋਚ ਕਰਨਾ ਪਏ। ਸੋ ਸਾਰਿਆਂ ਦੇ ਅੱਗੇ ਮੇਰੀ ਇਹੀਓ ਰਿਕੁਐਸਟ ਹੈ, ਜਿਹੜੇ ਵੀ ਬੱਚੇ ਅਪਲਾਈ ਕਰਨਾ ਚਾਹੁੰਦੇ ਇਹੀਓ ਟਾਈਮ ਹੈ ਜਿਹਦੇ ਵਿੱਚ ਰਹਿ ਕੇ ਉਹ ਕਰ ਲੈਣ, ਚਾਹੇ ਤੁਸੀਂ ਇਹਨੂੰ ਮੇਰੀ ਐਡਵਾਈਸ ਸਮਝ ਲਓ, ਸਜੈਸ਼ਨ ਸਮਝ ਲਓ ਜਾਂ ਵਾਰਨਿੰਗ ਸਮਝ ਲਓ ਫੋਰ ਜਨਵਰੀ ਇਨਟੇਕ, ਕਿਉਂਕਿ ਅਗਰ ਜਨਵਰੀ ਇਨਟੇਕ ਵਿੱਚ ਜਿੱਦਾਂ ਮੈਂ ਕਹਿ ਰਿਹਾ ਕਿ ਆਲਰੇਡੀ ਇੰਨਾ ਜ਼ਿਆਦਾ ਰਸ਼ ਹੋ ਚੁੱਕਿਆ ਹੈ ਔਰ ਕਈ ਯੂਨੀਵਰਸਿਟੀਜ਼ ਨੇ ਆਪਣਾ ਐਡਮਿਸ਼ਨ ਕਲੋਜ਼ ਵੀ ਕਰ ਦਿੱਤਾ ਹੈ ਫੋਰ ਜਨਵਰੀ ਇਨਟੇਕ, ਸੋ ਕਈ ਯੂਨੀਵਰਸਿਟੀਜ਼ ਹਾਲੇ ਵੀ ਹੈਗੀਆਂ ਜਿਹੜੀ ਓਪਨ ਹੋ ਚੁੱਕੀਆਂ ਨੇ ਕਿਉਂਕਿ ਸਪਟੈਂਬਰ ਕਲੋਜ਼ ਕਰ ਚੁੱਕੀਆਂ ਨੇ, ਉਹ ਆਪਣੀ ਸਾਰੀ ਚੀਜ਼ਾਂ ਫਾਈਨਲਾਈਜ਼ ਕਰ ਚੁੱਕੀ ਹੈ ਸਪਟੈਂਬਰ ਦੀਆਂ, ਤੋ ਹੁਣ ਉਹ ਮੂਵ ਔਨ ਹੋ ਚੁੱਕੀ ਹੈ ਜਨਵਰੀ ਵਾਸਤੇ। ਸੋ ਉਹਦੇ ਵਿੱਚ ਹਾਲੇ ਵੀ ਕਈ ਪ੍ਰੋਗਰਾਮਸ ਅਵੇਲੇਬਲ ਹੈਗੇ ਨੇ, ਚਾਹੇ ਉਹ ਕਾਮਰਸ ਸਟਰੀਮ ਤੋਂ ਰਿਲੇਟਡ ਹੋ, ਚਾਹੇ ਆਰਟਸ ਤੋਂ ਰਿਲੇਟਡ ਹੈ, ਚਾਹੇ ਮੈਡੀਕਲ ਸਟਰੀਮ ਤੋਂ ਰਿਲੇਟਡ ਹੈ ਜਾਂ ਨੋਨ ਮੈਡੀਕਲ ਸਟਰੀਮ ਤੋਂ ਰਿਲੇਟਡ ਹੈ, ਹਾਲੇ ਵੀ ਯੂਨੀਵਰਸਿਟੀਜ਼ ਹੈ ਤੁਹਾਡੇ ਕੋਲ ਇਹ ਓਪਰਚੁਨਿਟੀਜ਼ ਹੈਗੀਆਂ। ਜਿਹੜੇ ਵੀ ਨਿਊ ਸਟੂਡੈਂਟਸ ਹੈ ਜਿਹੜਾ ਯੂਕੇ ਨੂੰ ਅਪਰੋਚ ਕਰਨਾ ਚਾਹੁੰਦੇ ਫੋਰ ਜਨਵਰੀ ਇਨਟੇਕ, ਦਿਸ ਇਜ਼ ਦਾ ਰਾਈਟ ਟਾਈਮ ਟੂ ਗੈਟ ਇਟ ਅਪਲਾਈਡ ਫੋਰ ਯੋਰ ਆਫਰ ਲੈਟਰ, ਕਿਤੇ ਇਹ ਨਾ ਹੋਏ ਕਿ ਤੁਹਾਨੂੰ ਵੀ ਕਿਸੇ ਡਿਲੇ ਦਾ ਕਾਰਨ ਬਣਨਾ ਪਏ। ਸੋ ਅੱਜ ਵਾਸਤੇ ਇੰਨਾ ਹੀ ਸੀ ਫੋਰ ਤੁਹਾਡੇ ਵਾਸਤੇ ਜਿਹੜੀ ਯੂਕੇ ਦੀ ਅਪਡੇਟ ਸੀ ਫੋਰ ਜਨਵਰੀ ਇਨਟੇਕ ਨੂੰ ਲੈ ਕੇ। ਅੱਗੇ ਫਿਰ ਹਾਜ਼ਰ ਹੋਵਾਂਗੇ ਨਵੀਂ ਵੀਡੀਓ ਵਿੱਚ ਯੂਕੇ ਦੇ ਅਪਡੇਟਸ ਨੂੰ ਲੈ ਕੇ। ਟਿਲ ਦਾ ਟਾਈਮ ਥੈਂਕ ਯੂ ਸੋ ਮੱਚ।